ਧਰਤੀ ਦੇ ਨਾਲ ਜੁੜੇ ਅਜਿਹੇ ਕਈ ਰਹੱਸ ਅਤੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਵੀ ਵਿਗਿਆਨੀ ਲੱਭ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਧਰਤੀ ਦਾ ਅੰਦਰਲਾ ਹਿੱਸਾ ਗਰਮ ਅਤੇ ਠੋਸ ਲੋਹੇ ਦਾ ਬਣਿਆ ਹੋਇਆ ਹੈ। ਇਸ ਦੇ ਕਾਰਨ ਧਰਤੀ ਦਾ ਚੁੰਬਕੀ ਖੇਤਰ ਅਤੇ ਗ੍ਰੈਵੀਟੇਸ਼ਨਲ ਬਲ ਬਣਦਾ ਹੈ। ਇਹ ਧਰਤੀ ਦੇ ਕੇਂਦਰ ਦੇ ਵਿੱਚ ਇੱਕੋ ਦਿਸ਼ਾ ਦੇ ਵਿੱਚ ਘੁੰਮਣ ਦੇ ਕਾਰਨ ਵਾਪਰਦਾ ਹੈ। ਹੁਣ ਕੀ ਹੋਏਗਾ ਜੇਕਰ ਧਰਤੀ ਦਾ ਘੁੰਮਣਾ ਕੁਝ ਸਮੇਂ ਦੇ ਲਈ ਰੁਕ ਜਾਵੇ? ਕੀ ਤੁਹਾਡੇ ਵੀ ਇਹ ਸਵਾਲ ਨੇ ਜਾਂ ਫਿਰ ਲੋਕ ਇਹ ਚੀਜ਼ਾਂ ਵੀ ਕਹਿ ਰਹੇ ਨੇ ਕਿ ਇਹ ਉਲਟ ਦਿਸ਼ਾ ਦੇ ਵਿੱਚ ਅਗਰ ਘੁੰਮਣ ਲੱਗੇ ਤਾਂ ਕੀ ਹੋਏਗਾ? ਕੀ ਧਰਤੀ ਦੇ ਉੱਤੇ ਭਿਆਨਕ ਭੂਚਾਲ ਆਏਗਾ? ਕੀ ਇਸਦੀ ਗ੍ਰੈਵੀਟੇਸ਼ਨਲ ਫੋਰਸ ਖਤਮ ਹੋ ਜਾਏਗੀ ਜਾਂ ਫਿਰ ਇਸਦੇ ਚੁੰਬਕੀ ਖੇਤਰ ਦੇ ਉੱਤੇ ਕੀ ਪ੍ਰਭਾਵ ਪਏਗਾ? ਵਿਗਿਆਨੀਆਂ ਦੀ ਇੱਕ ਟੀਮ ਨੇ ਦਾਅਵਾ ਕੀਤਾ ਹੈ ਕਿ ਧਰਤੀ ਦਾ ਕੋਰ ਆਪਣੀ ਰੋਟੇਸ਼ਨ ਦੀ ਦਿਸ਼ਾ ਬਦਲ ਸਕਦਾ ਹੈ। ਤਾਂ ਇਸ ਗੱਲ ਨੂੰ ਸੁਣਨ ਤੋਂ ਬਾਅਦ ਜਾਂ ਫਿਰ ਜਦੋਂ ਇਹ ਗੱਲ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਇੱਕ ਸਨਸਨੀ ਜਿਹੀ ਫੈਲ ਜਾਂਦੀ ਹੈ। ਤਾਂ ਉਸ ਤੋਂ ਪਹਿਲਾਂ ਰੋਟੇਸ਼ਨ ਜਿਹੜਾ ਬੰਦ ਹੋ ਜਾਏਗੀ। ਨੇਚਰ ਜੀਓ ਸਾਇੰਸ ਦੇ ਵਿੱਚ ਇਸ ਸੰਬੰਧੀ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਗਈ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਧਰਤੀ ਦੇ ਕੇਂਦਰ ਦੀ ਰੋਟੇਸ਼ਨ ਇਸਦੇ ਉੱਪਰਲੀ ਸਤਹ ਨੂੰ ਸਿਰ ਕਰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲਗਭਗ 70 ਸਾਲਾਂ ਬਾਅਦ ਧਰਤੀ ਦੇ ਘੁਮਾਓ ਦੇ ਵਿੱਚ ਬਦਲਾਅ ਹੁੰਦਾ ਹੈ। ਹਾਲਾਂਕਿ ਵਿਗਿਆਨੀਆਂ ਯਾਨੀ ਸਾਇੰਟਿਸਟ ਦਾ ਮੰਨਣਾ ਹੈ ਕਿ ਕੁਝ ਸਕਿੰਟਾਂ ਦੇ ਲਈ ਘੁੰਮਣ ਨੂੰ ਰੋਕਣ ਜਾਂ ਫਿਰ ਦਿਸ਼ਾ ਬਦਲਣ ਦੇ ਨਾਲ ਧਰਤੀ ਦੇ ਉੱਤੇ ਕੋਈ ਖਾਸ ਪ੍ਰਭਾਵ ਨਹੀਂ ਪਏਗਾ। ਤੁਹਾਨੂੰ ਦੱਸ ਦਈਏ, ਸਾਲ 1936 ਦੇ ਵਿੱਚ ਡੱਚ ਵਿਗਿਆਨੀ ਨੇ ਖੋਜ ਕੀਤੀ ਸੀ ਕਿ ਧਰਤੀ ਦਾ ਤਰਲ ਕੋਰ ਇੱਕ ਧਾਤ ਦੀ ਗੇਂਦ ਦੇ ਦੁਆਲੇ ਲਪੇਟਿਆ ਹੋਇਆ ਹੈ। ਧਰਤੀ ਦੇ ਕੇਂਦਰ ਨੂੰ ਪੜਨਾ ਬਹੁਤ ਮੁਸ਼ਕਿਲ ਹੈ, ਉੱਥੋਂ ਸੈਂਪਲ ਵੀ ਨਹੀਂ ਲਏ ਜਾ ਸਕਦੇ, ਪਰ ਭੂਚਾਲ ਅਤੇ ਪ੍ਰਮਾਣੂ ਪ੍ਰੀਖਣ ਧਰਤੀ ਦੇ ਕੇਂਦਰ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ। ਤਾਂ ਇਹ ਧਰਤੀ ਦੇ ਮੂਲ ਬਾਰੇ ਅਧਿਐਨ ਕਰਨ ਦੇ ਵਿੱਚ ਮਦਦ ਕਰਦਾ ਹੈ। ਨੇਚਰ ਜੀਓ ਸਾਇੰਸ ਦੀ ਇੱਕ ਰਿਪੋਰਟ ਦੇ ਅਨੁਸਾਰ ਜੇ ਆਪਾਂ ਗੱਲ ਕਰੀਏ ਤਾਂ ਲਗਭਗ ਹਰ 70 ਸਾਲ ਬਾਅਦ ਧਰਤੀ ਦੇ ਕੇਂਦਰ ਦੇ ਵਿੱਚ ਘੁੰਮਣ ਦੀ ਦਿਸ਼ਾ 'ਚ ਤਬਦੀਲੀ ਹੁੰਦੀ ਹੈ। ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਬਦਲਾਅ 17 ਸਾਲਾਂ ਦੇ ਵਿੱਚ ਹੋਏਗਾ ਅਤੇ ਧਰਤੀ ਦਾ ਕੇਂਦਰ ਉਲਟ ਦਿਸ਼ਾ ਦੇ ਵਿੱਚ ਘੁੰਮਣਾ ਸ਼ੁਰੂ ਕਰ ਦੇਗਾ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਧਰਤੀ ਦੇ ਕੇਂਦਰ ਦੀ ਰੋਟੇਸ਼ਨ ਦੀ ਦਿਸ਼ਾ ਦੇ ਵਿੱਚ ਤਬਦੀਲੀ ਕਾਰਨ ਇੱਥੇ ਸਰਬਨਾਸ਼ ਵਰਗੀ ਸਥਿਤੀ ਨਹੀਂ ਹੋਏਗੀ। ਇਹ ਗ੍ਰਹਿ ਜਾਂ ਫਿਰ ਉਸਦੇ ਜੀਵ ਜੰਤੂਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਚੀਨ ਦੇ ਪੇਕਿੰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਨੇ ਪਾਇਆ ਅੰਦਰੂਨੀ ਕੋਰ ਨੇ ਸਾਲ 2009 ਦੇ ਆਲੇ ਦੁਆਲੇ ਘੁੰਮਣਾ ਜਿਹੜਾ ਬੰਦ ਕਰ ਦਿੱਤਾ ਅਤੇ ਆਪਣੀ ਰੋਟੇਸ਼ਨ ਦੀ ਦਿਸ਼ਾ ਬਦਲ ਦਿੱਤੀ। ਤਾਂ ਉਹ ਕਹਿੰਦੇ ਨੇ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਧਰਤੀ ਸਤਹ ਦੇ ਸਾਪੇਖਕ ਜਿਹੜਾ ਇੱਕ ਸ਼ੀਸ਼ੇ ਦੀ ਤਰ੍ਹਾਂ ਅੱਗੇ ਪਿੱਛੇ ਘੁੰਮਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਝੂਲੇ ਦਾ ਚੱਕਰ ਲਗਭਗ 7 ਦਹਾਕਿਆਂ ਦਾ ਹੈ। ਇਸਦਾ ਮਤਲਬ ਇਹ ਹੈ ਕਿ ਇਹ ਲਗਭਗ ਹਰ 35 ਸਾਲਾਂ ਦੇ ਵਿੱਚ ਆਪਣੀ ਦਿਸ਼ਾ ਬਦਲਦਾ ਹੈ। ਪੇਕਿੰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ 70 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਧਰਤੀ ਦੀ ਦਿਸ਼ਾ ਵਿੱਚ ਬਦਲਾਅ ਆਇਆ ਸੀ। ਉਸ ਨੇ ਭਵਿੱਖਬਾਣੀ ਕੀਤੀ ਸੀ ਕਿ 2040 ਦੇ ਮੱਧ ਦੇ ਵਿੱਚ ਇਸ ਦੀ ਦਿਸ਼ਾ ਵਿੱਚ ਬਦਲਾਅ ਹੋਵੇਗਾ।